ਵੱਟਦੇ ਮੈਨੂੰ ਫੜਾਈ ਜਾਓ। ਹਾਂ ਅੱਲਾ ਜੀ ਰਹਿਮਤ ਨਾਲ। ਆੜੂ 150 ਰੁਪਈਏ, 150 ਆ ਗਿਆ ਮਿੱਠਾ ਆੜੂ, ਮਿੱਠਾ ਆੜੂ, ਮਿੱਠਾ ਗੁੜ ਨਾਲੋ ਮਿੱਠਾ, ਮਿੱਠਾ ਮਿੱਠਾ ਭਾਈ ਕੋ ਮਿੱਠਾ। ਇੱਧਰ ਆਓ ਭਾਈ, ਆੜੂ 150 ਲਗਾਠਾਂ 100 ਰੁਪਈਏ, ਦੇਸੀ ਦੇਸੀ ਲਗਾਠਾਂ 100 ਰੁਪਈਏ, 100 ਰੁਪਈਏ, 100 ਰੁਪਈਏ, 100 ਰੁਪਈਏ। ਖੰਡ ਨਾਲੋ ਮਿੱਠਾ ਆੜੂ, ਖੰਡ ਨਾਲੋ ਮਿੱਠਾ। ਉਹ ਭਾਈ ਫ੍ਰੀ ਵੇਚ ਰਹੇ ਆ 150 ਰੁਪਈਏ। ਫ੍ਰੀ ਨਹੀਂ, ਉਹ ਪੈਸਿਆਂ ਦਾ ਦੇ ਰਿਹਾ। ਅੱਛਾ ਅੱਛਾ, ਉਹ ਬਸ ਆੜੂ ਗੁੜ ਨਾਲੋ ਮਿੱਠਾ, ਗੁੜ ਨਾਲੋ। ਬਾਜਾ ਲਾਓ, ਤੁਹਾਡੇ ਤੰਦੂਆਂ ਨਹੀਂ ਪਿਆ, ਬਾਜਾ ਲਾਓ। 1000 ਰੁਪਈਆ ਕਾਹਦਾ ਲੈਣਾ ਵਾ, ਤੂੰ ਵੀ ਇਸੇ ਕੰਮ ਦਾ ਲੈਣ ਲਿਆ। ਨਹੀਂ, ਵਿੱਚ ਸਾਹ ਦੀ ਦਵਾਈ ਦਾ ਹੁੰਦਾ ਵਾ। ਸਾਹ ਦਵਾਈ ਦਾ ਤੂੰ ਪਾਲਣ ਚੁੱਕਣ ਡਿਆ, ਤੈਨੂੰ ਸਾਹ ਦਾ ਨੰਬਰ ਦੇ। 100 ਰੁਪਈਏ, 100 ਰੁਪਈਏ, 100 ਰੁਪਈਏ। ਲਗਾਠਾਂ ਮਾਸ਼ਾਅੱਲਾ ਮਿੱਠੀਆਂ, ਸ਼ਹਿਦ ਨਾਲੋਂ ਮਿੱਠੀ ਲਗਾੜ 100 ਰੁਪਈਏ। ਥੱਲੇ ਬੈਗ ਵਾਜ ਲਾ, ਥੱਲੇ ਬੈਗ, ਉੱਥੇ ਸਾਹਮਣੇ ਚੱਲ ਜਾ, ਉੱਥੇ ਜਾ, ਇੱਥੇ ਆ, ਇੱਥੇ ਆ, ਇੱਥੇ ਆ, ਵਾਜ ਲਾ, ਇੱਥੇ ਖਲੋ, ਇੱਥੇ ਖਲੋ। ਲਗਾਠਾਂ 100 ਰੁਪਈਏ, 100 ਰੁਪਈਏ ਆ ਗਈਆਂ ਲਗਾਠਾਂ 100 ਰੁਪਈਏ, ਦੇਸੀ ਖੰਡ ਨਾਲੋਂ ਮਿੱਠਾ, ਖੰਡ ਨਾਲੋਂ ਮਿੱਠਾ ਲਗਾਠਾਂ। ਆੜੂ ਮਿੱਠਾ, ਮਿੱਠਾ ਆੜੂ ਮਿੱਠਾ, ਹਾਂ ਸੋਨਾ ਸੋਨਾ ਭਾਈ ਕੋਲ ਸੋਨਾ। ਓਏ ਕਾਕਾ। ਹਾਂਜੀ ਸਰ ਜੀ। ਤੂੰ ਬਿਲਕੁਲ ਕੋੜਾ, ਇੱਧਰ ਆ ਜਾ, ਅੱਗੇ ਖੜੋਈ ਨਹੀਂ ਤੋ ਸ਼ਕਲ ਸੇਬਾਂ ਵਰਗੀ ਆ, ਕੁਦਰਤ ਦਾ ਨਿਜ਼ਾਮ ਆ ਭੈਣ, ਆੜੂ ਹੈਗੇ ਆ। ਇੱਕ ਭੈਣ ਕਿੱਥੇ ਦੇ ਨੇ? ਸਵਾਦ ਦੇ ਭੈਣ, ਸੇਬ ਆ ਭੈਣ, ਆੜੂ ਆ ਭਾਈ ਆਣ, ਸ਼ਕਲ ਨੇ ਸੇਬਾਂ ਵਰਗੀ ਆ। 100 ਰੁਪਈਏ, 100 ਰੁਪਈਏ। ਇਹ ਭੈਣ ਕੀ ਦਰਜਨ ਆ? ਉਹ ਦਰਜਨ ਨਹੀਂ ਸੁਣਿਆ, ਕਿਲੋ ਦੇ ਹਿਸਾਬ ਨਾਲ ਹੁੰਦੇ ਆ। ਪਰ ਇਹ ਜਾ ਕੇ ਲਾ ਲਾ ਪਾਣੀ, ਪਤਾ ਨੀ ਵੀ ਕਾਹ ਖਲੋਤਾ ਵਾ। ਤੇ ਆ ਬੇਰ ਕਿੱਦਾਂ ਲਾਏ? ਬੇਰ ਆ, ਬੇਰ ਕਿਵੇਂ ਆ? ਬੇਰ ਨੀ ਪੈਂਟੇ ਆ ਭੈਣ, ਸੁੱਤਾ ਵਾ ਤੂੰ ਯਾਰ, ਲਗਾਠ ਹੈਗੀ ਆ ਭਾਈ। ਇਹ ਸ਼ਕਲ ਇਹਨਾਂ ਦੀ ਬੇਰਾਂ ਵਰਗੀ ਆ। ਬਿਮਾਰ ਆ, ਇਹਨਾਂ ਨੂੰ ਪਾਣੀ ਲਾਈ ਜਾਂਦੇ ਕੀ ਗੱਲ? ਆੜੂ 150 ਰੁਪਈਏ, ਮਿੱਠੇ ਖੰਡ ਨਾਲੋਂ ਮਿੱਠੇ। ਇਹਨਾਂ ਭੈਣ ਗਰਮੀ ਆ, ਗਰਮੀ ਨੂੰ ਪਾਣੀ ਲਾਈ ਦਾ ਤਾਂ ਫਰੂਟ ਦਰਾ ਬਦਲਾ ਜਾਂਦਾ ਵਾ। ਉਹ ਕਹਿੰਦਾ ਮਿੱਠੇ ਆ, ਤੂੰ ਕਹਿੰਦਾ ਆੜੂ ਆ, ਮੈਨੂੰ ਇਹ ਸੇਬ ਲੱਗਦੇ ਆ। ਭੈਣ ਮੈਨੂੰ ਇਹ ਲੱਗਦੇ ਆ ਕਿ ਸੇਬ ਆ, ਸੇਬ ਆ ਭਾਈ, ਇਦਾਂ ਦੀ ਰਹਿਮਣਾ ਲੱਗ, ਸੇਬ ਹੀ ਰਹੇ ਨੇ, ਲੇਕਿਨ ਆੜੂ ਆ ਭੈਣ। ਉਹ ਕਹਿੰਦਾ ਮਿੱਠੇ ਆ ਭਾਈ, ਆੜੂ ਸਾਡੀ ਕੋਈ ਜ਼ੁਬਾਨ ਇੱਕ ਨਹੀਂ ਗਈ ਵੈਸੇ। ਆੜੂ ਮਿੱਠੇ ਨਹੀਂ ਸੁਣਦੇ, ਰੁਕ ਜਾ ਯਾਰ, ਸੁੱਤਾ ਵਾ ਤੂੰ? ਨਹੀਂ ਜਾਗਦਾ, ਰਾਤ ਚ ਕੰਮ ਇੱਟ ਵੱਜੀ ਆ। ਕੀ ਦਰਜਨ ਲੈ, ਕਿੰਨੂ ਲੈਣਾ ਆ ਜਾਂ ਕੇਲੇ ਲੈਣਾ ਆ ਤੂੰ ਭਾਈ? ਇਹ ਆੜੂ ਆ, ਕਿਲੋਆਂ ਦੇ ਹਿਸਾਬ ਨਾਲ ਮਿਲਦੇ ਆ ਭਾਈ। ਕਿੰਨੂ ਤੋਲ ਕੇ ਮਿਲਦੇ ਨੇ, ਤੇ ਇਹ ਜਿਹੜੇ ਸੇਬ ਆ ਦਰਜਨਾਂ ਨਾਲ ਮਿਲਦੇ ਨੇ। ਕਿੱਥੋਂ ਆਇਆ ਤੂੰ? ਪਾਕਿਸਤਾਨ ਦਾ ਨਹੀਂ ਲੱਗ ਰਿਹਾ ਭਾਈ? ਨਾ ਇੱਥੇ ਮੈਂ ਰਹਿੰਦਾ ਆਪਣਾ ਕਹਿਕਸ਼ਾਂ ਕਲੋਨੀ। ਮਾੜਾ ਰਹਿ ਰਿਹਾ ਤੈਨੂੰ, ਜਦੋਂ ਇੰਨੀ ਸੂਝ ਬੂਝ ਨੀ ਹੈਗੀ ਵੀ ਆਹ ਕਿਲੋਆਂ ਦੇ ਹਿਸਾਬ ਨਾਲ ਮਿਲਦਾ ਜਾਂ ਦਰਜਣਾਂ ਦੇ ਹਿਸਾਬ ਨਾਲ। ਤੁਸੀਂ ਏਦਾਂ ਕਰੋ, 2.5 ਦਰਜਨ ਇਹ ਕਰ ਦਿਓ। ਉਹ ਕਿਤੇ ਚਰੀਸਮੇ ਤੇ ਜਾਣਾ ਤੂੰ ਭਾਈ, ਤੈਨੂੰ ਕਹਿਣ ਡਿਆ ਵੀ ਇਹ ਆੜੂ ਆ, ਇਹ ਕਿਲੋਆਂ ਦੇ ਹਿਸਾਬ ਨਾਲ ਮਿਲਦਾ ਵਾ।
ਭੈਣ ਮੈਂ ਦਰਜਨਾਂ ਨਾਲ ਲੈਣੇ ਆ। ਮੈਂ ਕੱਲ ਕਿੰਨੂ ਲਏ, ਉਹਨੇ ਕਿਲੋਆਂ ਨਾਲ ਦਿੱਤੇ। ਮੈਂ ਉਹਨੂੰ ਕਿਹਾ ਦਰਜਨਾਂ ਨਾਲ ਦੇ, ਕਹਿੰਦਾ ਨੀ ਕਿਲੋਆਂ ਨਾਲ ਦਈਦੇ ਨੇ। ਕੀ ਲਏ ਕੱਲ? ਕਿੰਨੂ ਕਿੰਨੂ ਕਿਹੜੇ ਸੀਜ਼ਨ ਚ ਪਾਤੇ? ਤੂੰ ਗਰਮੀਆਂ ਦਾ ਟਾਈਮ ਭਾਈ ਨਾ, ਉੱਥੇ ਲੱਗੇ ਨੇ ਕਿਉਂ ਨੀ ਸੀਜ਼ਨ ਭਾਈ? ਤੂੰ ਭਾਈ ਨੇ ਕੀ ਆ ਉਹ ਰੁਕ ਜਾ, ਕਹਿੰਦੇ ਯਾਰ ਪਾਣੀ ਬੇਹੋਸ਼ ਹੋਣ ਡਿਆ, ਤੂੰ ਮਿੰਟ ਬਾਅਦ ਪਾਣੀ ਲਾਉਣ ਹੋਇਆ, ਰੁਕ ਜਾ ਜ਼ਰਾ। ਭਾਈ ਨੇ ਆੜੂ ਆ ਖੰਡ ਨਾਲ ਮਿੱਠੇ ਆ ਮਿੱਠੇ ਕਹਿੰਦਾ ਬਾਈ ਬਾਈ ਲਾ ਰਿਹਾ ਵਾ ਵੀ ਆੜੂ ਮਿੱਠੇ ਆ। ਉਹ ਮਿੱਠੇ ਨਹੀਂ ਨਾ, ਨਾਲੇ ਆੜੂ ਕਹਿੰਦਾ ਨਾਲੇ ਮਿੱਠੇ। ਤੇਰਾ ਦਿਮਾਗ ਨਹੀਂ ਕੰਮ ਕਰਨ ਡਿਆ, ਤੈਨੂੰ ਕਹਿੰਦਾ ਵੀ ਗਵਾਹ ਲਾ ਰਹੇ ਆ ਵੀ ਆ ਦਾਣੇ ਮਿੱਠੇ ਆ, ਆੜੂ ਮਿੱਠਾ ਵਾ, ਪੱਕਾ ਨਹੀਂ ਹੈਗਾ, ਇਹ ਬਜ਼ੁਰਗਾਂ ਦੇ ਖਾਣ ਵਾਲੀ ਖੁਰਾਕ ਆ। ਇਹ ਕੀ ਆ? ਹੈਂ ਕੀ ਇਹ ਖੁਰਾਕ ਹੈ? ਆੜੂ ਆ। ਕੀ ਆ ਇਹ? ਇਹ ਮਿੱਠਾ ਵਾ। ਉਹ ਐ ਦੇਖ ਨਾ ਮਿੱਠੇ ਕਹਿ ਰਿਹਾ। ਉਹ ਤਾਂ ਨਾ ਆੜੂ ਆ, ਆੜੂ ਮਿੱਠੇ। ਉਹ ਯਾਰ ਇਹ ਬੰਦਾ ਉੱਚੀ ਸੁਣਦਾ, ਮੇਰੇ ਕੰਨ ਪੱਕ ਗਏ। ਆੜੂ ਆ ਮਿੱਠੇ, ਅਜੀਬ ਹੀ ਗੱਲ ਆ। ਅੱਛਾ ਇਹ ਜਿਹੜੇ ਆ ਬੈਂਟੇ ਆ ਕੀ ਆ? ਇਧਰੋਂ ਹੀ ਆ ਕੇ ਦੇਖ ਲੈ ਕਿੰਨੇ ਲੈਣੇ ਆ। 100 ਰੁਪਏ ਕਿਲੋ ਆ ਕਿਲੋ ਚ ਕਿੰਨੇ ਦਰਜਨ ਆਉਂਦੀਆਂ? ਕਿਲੋ ਚ ਕਿੰਨੇ ਦਰਜਨ ਆਉਂਦੀਆਂ? ਦਿਮਾਗ ਖਰਾਬ ਕਰਨੇ ਭਾਈ ਨੇ, ਇਹਨੂੰ ਕਿਉਂ ਪਾਣੀ ਲਾਈ ਜਾਂਦੇ? ਕੀ ਗੱਲ ਆ, ਬਿਮਾਰ ਨੇ? ਕੀ ਮਸਲਾ ਇਹਨਾਂ ਨੂੰ? ਤੈਨੂੰ ਕੀ ਮਸਲਾ ਵਾ? ਤੈਨੂੰ ਜਦੋਂ ਨਹੀਂ ਸਮਝ ਆ ਰਹੀ ਛੱਡਦੇ ਤੋ। ਅੱਛਾ ਤੁਸੀਂ 6 ਦਰਜਨ ਐ ਕਰੋ, ਇਹ ਕਦੀ ਖਾਦੀ ਵੀ ਹੈ? ਪੂਰੀ ਜ਼ਿੰਦਗੀ ਚ ਲਗਾ ਲਿਆ, ਹੁਣ ਹੀ ਖਾ ਲੈਣੇ। 5-6 ਦਰਜਨ ਐ ਕਰੋ ਤੇ 5 ਦਰਜਨ ਉਹ ਕਰੋ। ਐ ਯਾਰ ਇਹ ਬੰਦਿਆਂ ਦਾ ਜਦ ਬੰਦਿਆਂ ਦਾ ਕੰਮ ਹੀ ਕੋਈ, ਤੈਨੂੰ ਕਹਿੰਦੇ ਵੀ ਕਿਲੋਆਂ ਦੇ ਹਿਸਾਬ ਨਾਲ ਮਿਲਦਾ ਵਾ ਯਾਰ। ਮਰੀਜ਼ ਦਾ ਤੈਨੂੰ ਸਮਝ ਨਹੀਂ ਆਉਣ ਡਈ? ਮੈਂ ਕਿਲੋਆਂ ਨਾਲ ਨਹੀਂ ਲੈਣਾ, ਮੈਂ ਦਰਜਨਾਂ ਨਾਲ ਲੈਣਾ। ਭੈਣ ਤੁਸੀਂ ਕਲੀ ਜੋਟਾ ਖੇਲਣਾ, ਇਹਨਾਂ ਨਾਲ ਵੀ ਦਰਜਨਾਂ ਨਾਲ ਲੈਣੀਆਂ? ਇਹ ਲਗਾਠਾਂ ਖਾਣ ਵਾਲੀਆਂ ਖਰੋੜ ਨੀਗੇ ਯਾਰ। ਇਹਨੂੰ ਕੋਈ ਬੰਦਾ ਅੰਦਰੋਂ ਖਿੱਚਦਾ ਵਾ, ਇਹ ਬੜਾ ਔਖਾ ਜਿਹਾ ਬੋਲਦਾ। ਅਭੀ ਤੁਸੀਂ ਕਿਉਂ ਜਿਹੜੀ ਗੱਲ ਕਹਿੰਦੇ ਹੋ ਸਮਝ ਆਉਂਦੀ ਬਈ ਤੇਰੀ? ਯਾਰ ਗਾਹਕ ਦੀ ਮਰਜ਼ੀ ਹੁੰਦੀ, ਜਿਵੇਂ ਮਰਜ਼ੀ ਸੌਦਾ ਲਵੇ। ਆੜੂਆਂ ਨੂੰ ਤੂੰ ਮਿੱਠੇ ਕਹੀ ਜਾਂਦਾ, ਮਿੱਠਿਆਂ ਨੂੰ ਤੂੰ ਆੜੂ ਯਾਰ, ਕਿੱਦਾਂ ਦਾ ਬੰਦਾ ਵਾ ਭਾਈ ਤੂੰ? ਮਿੱਠੇ ਭਾਜੀ ਤੁਸੀਂ ਕਹਿੰਦੇ ਬਏ ਹੋ, ਆੜੂ ਮਿੱਠੇ ਹੀ ਹੁੰਦੇ ਆ। ਮੈਨੂੰ ਇਹ ਸੇਬ ਲੱਗਦੇ ਨੇ ਨਾ। ਉਹ ਤੂੰ ਪਾਗਲ ਆ ਭਾਈ, ਤੈਨੂੰ ਸਮਝ ਨਹੀਂ ਲੱਗਣ ਡਈ। ਅਸੀਂ ਆਪਣੇ ਫਰੂਟ ਦਾ ਆਵਾਜ਼ ਲਾ ਰਹੇ ਆ, ਖਾਣਾ ਸਾਨੂੰ ਆਏ ਆ ਤੁਸੀਂ ਵੀ ਇਹ ਮਿੱਠੇ ਆ। ਆਲਾ ਕਹਿੰਦਾ ਪਿਆ ਮਿੱਠੇ ਆ, ਤੂੰ ਵੀ ਮਿੱਠੇ ਕਹਿ ਲਓ, ਸਾਡੀ ਜਾਂ ਸ਼ਕਲ ਨਾ ਚੰਗੀ ਹੋਵੇ, ਗੱਲ ਹੀ ਚੰਗੀ ਕਰ ਲਵੇ ਬੰਦਾ। ਤੇਰੀ ਮਿੱਠੇ ਕਦੀ ਆੜੂ, ਕਦੀ ਮਿੱਠੇ ਕਦੀ ਆੜੂ, ਆਵਾਜ਼ ਲਾ ਰਹੇ ਵੀ ਆੜੂ ਮਿੱਠਾ ਵਾ। ਆਵਾਜ਼ ਹੀ ਯਾਰ ਤੁਸੀਂ ਕਿਉਂ ਲਾ ਰਹੇ? ਇਹ ਤੁਹਾਨੂੰ ਕਹਿੰਦੇ ਨੇ ਆਵਾਜ਼ ਲਾਓ, ਜਿਹਨੂੰ ਦਿਲ ਕਰੇ 100 ਰੁਪਏ ਸੌਦਾ ਵੇਚਣ ਦਾ ਯਾਰ। 100 ਰੁਪਏ 100 ਰੁਪਏ 150 ਰੁਪਏ ਆੜੂ, 150 ਰੁਪਏ ਖੰਡ ਨਾ ਮਿੱਠੇ। ਉਹ 100 ਕਹਿੰਦਾ, ਉਹ 150 ਕਹਿੰਦਾ, ਤੁਹਾਡੀ ਜ਼ੁਬਾਨ ਇੱਕ ਨਹੀਂ ਹੈ ਵੈਸੇ। ਭਾਈ ਤੇਰਾ ਦਿਮਾਗ ਤੇਰਾ ਠੀਕ ਹੈ ਜਾਂ ਸਾਡਾ ਖਰਾਬ ਆ? ਮੇਰਾ ਠੀਕ ਆ। 100 ਰੁਪਏ ਆ, 150 ਰੁਪਏ ਆ। ਭਾਈ ਨੇ ਤਾਂ ਜਾਇਕਾ ਕਿੱਦਾਂ ਦਾ ਜਾਇਕਾ? ਪਰ ਦੇਖ ਲਓ ਇੱਕ ਬੁਰਕੀ ਹੋਰ ਲਾ ਕੇ ਵੇਖੋ ਤਾਂ ਨੀਂਦ ਦੇ ਵਿੱਚ। ਚਲੋ ਤੁਸੀਂ ਇਹ 5 ਦਰਜਨ ਤੇ ਕਰੋ। ਉਹ ਮਸਮੀਆਂ ਲੈਣ ਲੱਗਾ ਵਾ ਭਾਈ, ਵੀ ਤੈਨੂੰ 5 ਦਰਜਨਾਂ ਕਰ ਦਈਏ ਹੈਂ? 10,000 ਭਾਈ ਨੇ ਕਿਲੋਆਂ ਚ ਦੇਈਦਾ, ਕਿਲੋ ਨੀ ਕੰਡਾ ਵੱਟਾ ਤੋੜ ਕੇ। ਸਮਝ ਨਹੀਂ ਆਉਂਦੀ ਆ, ਕਹਿੰਦਾ 5 ਦਰਜਨਾਂ ਕਰਦੇ ਆ, ਇਹ ਕੋ ਬੰਦਿਆਂ ਦਾ ਕੰਮ ਹੈ ਤੁਸੀਂ ਯਾਰ? 6 ਦਰਜਨਾਂ ਉਹ ਕਰ। ਮੈਂ ਦਸ ਜੀ ਨੇ ਸਾਡੇ ਘਰ ਚ, 10 ਜੀ ਆ, ਫਿਰ ਅਸੀਂ ਕੀ ਕਰੀਏ? 6-6 ਪੀਸ 3 ਰਾਤ ਨੂੰ ਖਾਣਗੇ, 3 ਦਿਨੇ ਖਾਣਗੇ। ਕਿਲੋਆਂ ਦੇ ਹਿਸਾਬ ਨਾਲ ਨੀ ਵੇਖ ਸਕਦੇ ਯਾਰ, ਕਿਲੋਆਂ ਦੇ ਹਿਸਾਬ ਨਾਲ ਨੀ ਖਾ ਸਕਦੇ ਅਸੀਂ, ਗਿਣ ਕੇ ਦੇਈ ਰਿਹਾ ਗਿਣ ਕੇ ਐਵੇਂ ਹੱਥ ਨਾਲ ਆ ਯਾਰ। ਅੱਛਾ ਫਿਰ ਅੱਛਾ ਕੀ ਕਰੋ ਤੁਸੀਂ, ਇੰਜ ਕਰੋ 6 ਦਰਜਨ ਐ ਦਿਓ।
ਪੰਜ ਦਰਜਨ ਦੇ ਦਿਓ, ਛੇ ਦੇ ਦਿਓ, ਜਿੰਨਾ ਕੁ ਤੁਹਾਡਾ ਹੱਥ ਸੌਖਾ ਹੋ ਜਾਏਗਾ ਨਾ ਦੇ ਕੇ ਉਹਨੇ ਦੇ ਦਿਓ, ਛੇ ਕੁ ਦਰਜਨ ਉਹ ਦੇ ਦਿਓ। ਯਾਰ ਤੇਰਾ ਦਿਮਾਗ ਠੀਕ ਯਾਰ, ਤੂੰ ਸੌਦਾ ਨਹੀਂ ਵੇਚਣਾ, ਸੌਦਾ ਚੱਲ ਦੇ ਦੇਣੇ ਦਰਜਨਾਂ ਨੂੰ ਦਾਣਾ ਯਾਰ, ਪਾਓ ਛੇ ਦਰਜਨ ਪਾਓ ਯਾਰ, ਉਦੋਂ ਕੰਡੇ ਦੇ ਰੱਖ ਨਾ ਬਾਅਦ ਤੋੜ ਲਵੀ ਤੂੰ। ਤੁਸੀਂ ਉਹਨੇ ਕੰਮ ਕਰਨਾ ਮਿਹਰਬਾਨੀ, ਨਹੀਂ 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 ਇਦਾਂ ਨਹੀਂ, ਇਦਾਂ ਨਹੀਂ, ਇਦਾਂ ਨਹੀਂ, ਇਦਾਂ ਨਹੀਂ, ਬਾਹਰ ਕੱਢੋ, ਬਾਹਰ ਕੱਢੋ, ਬਾਹਰ ਕੱਢੋ, ਕੀ ਗਾਰਾ ਪਾਤਾ ਵਿੱਚ ਮੈਂ, ਬਾਹਰ ਕੱਢੋ ਭਾਵੇਂ ਨਾ ਇੰਨੀ ਰਹੀ, ਇੰਜ ਕਰਕੇ ਫੜੋ, ਵਜਨ ਇੱਕੋ ਜਿਹਾ ਹੋਵੇ, ਨਾ ਕੋਈ ਤੋਲਾ ਵੱਧ ਨਾ ਤੋਲਾ ਘੱਟ, ਇਹ ਫੜੋ। ਬੱਚੇ ਜਦੋਂ ਖਾਂਦੇ ਨੇ ਫਿਰ ਲੜਦੇ ਨੇ, ਬੱਚੇ ਕਹਿੰਦੇ ਉਹਨੂੰ ਵੱਡਾ ਦੇ ਦਿੱਤਾ, ਮੈਨੂੰ ਛੋਟਾ ਦੇ ਦਿੱਤਾ, ਮੈਂ ਕਹਿੰਦਾ ਇੱਕੋ ਜਿਹੇ ਦਾਣੇ ਜਾਣ, ਇਹ ਦੇਖੋ ਬੱਚਿਆਂ ਨੂੰ ਘਰ ਜਾ ਕੇ ਕਵਰ ਕਰਨੀ, ਉਹਨਾਂ ਦਾ ਮੈਂ ਠੇਕਾ ਲਿਆ ਵਾ, ਤੁਸੀਂ ਇਹ ਦੋ ਫੜੋ ਨਾ, ਲਿਫਾਫੇ ਚ ਪਾਈ ਜਾਓ ਨਾ ਯਾਰ, ਤੁਸੀਂ ਵੀ ਫੜੋ, ਮੈਂ ਹੀ ਮਿਹਨਤ ਕਰਨੀ ਸਾਰੀ, ਅਸੀਂ ਏਦਾਂ ਦੇਣਾ ਨੀ ਜਿੱਦਾਂ ਤੂੰ ਲੈ ਰਿਹਾ ਵਾ ਭਾਈ। ਯਾਰ ਤੈਨੂੰ ਕੀ ਇਤਰਾਜ਼ ਆ, ਤੈਨੂੰ ਕੀ ਇਤਰਾਜ਼ ਆ, ਮੈਨੂੰ ਇਹ ਦੱਸ ਤੇਰਾ ਦਿਮਾਗ ਠੀਕ ਹੈ ਤੇਰਾ ਯਾਰ, ਥੋਕ ਦਾ ਗਾਹਕ ਆ ਗਿਆ, ਚੰਗਾ ਲੰਨ ਦੇ ਇੱਥੇ ਥੋਕ ਦੇ ਗਾਹਕ ਦੇ ਯਾਰ, 6 ਦਰਜਨ ਹੈ ਕਰਦੇ, 6 ਹੀ ਹੈ, ਅੱਗਲਾ ਜੱਜ ਹੋ ਯਾਰ, ਦਿਮਾਗ ਨਾ ਖਰਾਬ ਕਰ। ਵਜ਼ਨ ਜਿਹੜਾ ਨਾ ਇਹ ਦੇਖੋ, ਇਹ ਇੱਕੋ ਜਿਹਾ ਵਜ਼ਨ ਹੈ, ਇੱਕ ਭਾਈ ਉਹ ਕਿਤੇ ਇਹ ਇਹ ਦੇਖੋ ਕਿਤੇ ਕੇਂਦਾ ਬਣਾਉਣੀਆਂ ਇਹਨਾਂ ਦੀਆਂ, ਇਹ ਵਜ਼ਨ ਹੈ ਵੀ ਇੱਕੋ ਜਿਹਾ ਭਾਈ ਨੇ, ਇਹ ਛੋਟੇ ਬੱਚੇ ਵੀ ਹੈ ਨੇ ਨਾ, ਛੋਟੇ ਛੋਟੇ ਪੀਸ ਵੀ ਕਰਨ, ਇਹ ਤੇਰੇ ਲਈ ਹੈ ਹੀ ਨਹੀਂ ਛੋਟੇ ਬੱਚੇ ਦਾ, ਉਹ ਸਾਰਾ ਮਾਲ ਖਰਾਬ ਨਾ ਕਰ ਯਾਰ, ਤੇਰਾ ਦਿਮਾਗ ਠੀਕ ਹੈ, 6 ਦਰਜਨ ਕਰੋ ਭਾਈ, ਤੁਸੀਂ ਬਾਗ ਤੇ ਨਹੀਂ ਆਏ, ਇੰਨੀ ਫੋਲਾ ਫਰਾਲੀ ਸ਼ੁਰੂ ਕਰ ਦਿੱਤੀ ਆ, ਦਰਿਆ ਤੇ ਆਏ ਤੁਸੀਂ ਵੀ, ਐ ਮੱਛੀਆਂ ਫੜੀ ਦੀਆਂ ਬੱਚੇ ਗਵਾਟੇ ਤੇਰੇ ਸਾਰੀ ਇੱਧਰ ਤੋਂ ਰੇੜੀ ਕਰ ਦਿੱਤੀ ਆ, ਕਿੱਦਾਂ ਦਾ ਬੰਦਾ ਤੂੰ ਯਾਰ ਭਾਈ, ਭਾਜੀ 150 ਰੁਪਏ ਦਰਜਨ ਨਹੀਂ ਲਵਾਂਗਾ ਯਾਰ, ਤੇਰੇ ਕੋਲ 500 ਰੁਪਏ ਦਰਜਨ ਵੀ ਥੋੜਾ ਵਾ, ਵਜ਼ਨ ਤੁਸੀਂ ਇੱਕੋ ਜਿਹਾ ਰੱਖ ਲਓ, ਐਡਾ ਕਿ ਤੇਰਾ ਵਜ਼ਨ ਚੜਿਆ ਯਾਰ, ਹੈ ਵਜ਼ਨ ਆਪਣਾ ਕਿਦਾ, ਤੈਨੂੰ ਲੱਗੇ ਪਤਾ ਸਾਡਾ ਵਜ਼ਨ ਤੂੰ ਚੱਕ ਕੇ ਪਿੱਛੇ ਕਰੀ ਜਾ, ਬੱਚੇ ਨਾ ਵਿੱਚ ਛੋਟੇ ਮੇਰੇ ਟਾਈਮ ਹੈ ਕਿਲ ਕਹਿੰਦਾ ਪਾ ਮੇਰਾ ਵੀਰ, ਬੱਚੇ ਨਾ ਵਿੱਚ ਛੋਟੇ ਵੀ ਆ ਤੇ ਵੱਡੇ, ਵੱਡਿਆਂ ਵਾਸਤੇ ਇਹ ਕਰ ਲਓ, ਲੇਕਿਨ ਅਸੀਂ ਇੱਕੋ ਜਿਹੇ ਨਹੀਂ ਕੱਢਣੇ ਨਾ ਦੇਣੇ ਆ, ਬਾਹਰ ਕਰ ਦਿਓ 6 ਦਰਜਨ, ਨਾ ਤੇਰੀਆਂ ਸਾਰੀਆਂ ਮੰਨੀ ਜਾਈਏ, ਕਿੱਥੋਂ ਆਇਆ ਵਾ ਤੂੰ ਭਾਈ, ਯਾਰ ਆ ਬੰਦਾ ਇਹਨੂੰ ਕੀ ਗੱਲ ਹੁੰਦਾ, ਅੰਦਰੋਂ ਕੋਈ ਖਿੱਚ ਪੈਂਦੀ ਇਹਨੂੰ, ਖਿੱਚ ਪੈਂਦੀ, ਖਿੱਚੀ ਪੈਣੀ ਆ ਤਾਂ ਦਿਮਾਗ ਹੀ ਲਿਆ ਵਾ, ਕਦੀ ਕਹਿੰਦਾ ਵਜਨ ਇੱਕੋ ਜਿਹਾ, ਕਦੀ ਕਹੀ ਜਾਂਦਾ ਮੈਨੂੰ ਦਰਜਣਾ ਨਾ ਲੈ ਦਿਓ, ਦਿਮਾਗ ਖਰਾਬ ਕਰਤਾ ਯਾਰ, ਚਲੋ ਦੋ ਤੇ ਆ ਕਰੋ, ਅੱਛਾ ਦੋ ਆ ਕਰ ਦੇਣੇ, ਚਲ ਆ ਪਾ ਦੇ ਨੇ ਸਾਬਰ, ਨਹੀਂ ਨਹੀਂ 6 ਦਰਜਣਾ ਕਰਨੀਆਂ, ਦਾਣੇ ਦਾਣਾ ਕਰੀ ਜਾਂਦਾ ਵਾ ਭਾਈ, ਜਾਣ ਦੇ ਫੜੋ ਭੈਣ, ਕਰੋ 6 ਦਰਜਣਾ, ਜਾਣ ਦੇ ਅੱਲਾ ਦੇ ਬੰਦਿਆ, ਤੂੰ ਕਿਹੜੇ ਕੰਮ ਲੱਗਾ ਵਾ, ਡਬਲ ਗਾਹਕ ਆ ਗਿਆ, ਪਤਾ ਨੀ ਜ਼ਿੰਦਗੀ ਤੇਰੇ ਵੱਡਿਆਂ ਨੇ ਫਰੂਟ ਖਵਾਇਆ ਵਾ, ਇਹ ਦੇਖੋ 4
ਬੈਗ 6 ਵਾਪਸ 8 ਉੱਥੇ ਹੀ ਇਹ 11 ਹੋ ਗਈਆਂ ਮੈਂ 11 ਕਰੋ 12 ਦਰਜਨਾਂ ਐ ਵੀ ਚਲੋ 50,000 ਤੇਰੀ ਮਿਹਰਬਾਨੀ ਦਿਮਾਗ ਨਾਲ ਖਰਾਬ ਕੰਮ ਦਾ ਟਾਈਮ ਯਾਰ ਤੁਸੀਂ ਵੀ ਕਹਿੰਦੇ ਗਾਹਕ ਨਹੀਂ ਆਉਂਦੇ ਗਾਹਕ ਨਹੀਂ ਆਉਂਦੇ ਸੌਦਾ ਨਹੀਂ ਵੇਖਦਾ ਤੁਹਾਨੂੰ ਸੌਦਾ ਹੀ ਨਹੀਂ ਵੇਖਣਾ ਚੱਲ ਭਾਈ 100 ਰੁਪਏ 100 ਰੁਪਏ ਅੱਗੇ ਅੱਗੇ ਮੇਰਾ ਨਹੀਂ ਲੱਗੇ ਕਰੇ ਰੇੜੀ ਲੈ ਕੇ ਪਾਣੀ ਲਾ ਲੈ ਤੂੰ ਵੀ ਇਹਦੇ ਪਿੱਛੇ ਲੱਗਾ ਵਾ ਇਹਨਾਂ ਇਹ ਦੇਖੋ ਨਾ ਇੱਧਰ ਇਹ ਤੈਨੂੰ ਕਹਿ ਰਹੀ ਤੇ ਫਸ ਜਾ ਜਾ ਤੂੰ ਮੁਰਦ